ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ, ਮੈਂ ਹਾਂ ਮਨਦੀਪ ਕੌਰ ਸੰਧੂ। ਇਸ ਵੇਲੇ ਦੀ ਅਸੀਂ ਤੁਹਾਨੂੰ ਖਬਰ ਸਾਂਝਾ ਕਰ ਰਹੇ ਹਾਂ ਮੌਸਮ ਦੇ ਬਾਰੇ। ਸੋ ਇਸ ਜਿਹੜਾ ਲੁਧਿਆਣੇ ਵਿੱਚ ਮੌਸਮ ਹੈ ਬਹੁਤ ਤੇਜ਼ ਜਿਹੜੀ ਹੈ, ਬਰਸਾਤ ਹੋ ਰਹੀ ਹੈ। ਸੋ ਕਿਸਾਨਾਂ ਦੇ ਲਈ ਜਿਹੜੀ ਇਹ ਬਰਸਾਤ ਹੈ ਥੋੜ੍ਹੀ ਜਿਹੀ ਜਿਹੜਾ ਉਹਨਾਂ ਦੇ ਲਈ ਬਹੁਤ ਹੀ ਖਤਰਨਾਕ ਹੋ ਸਕਦੀ ਹੈ, ਕਿਉਂਕਿ ਕਿਸਾਨਾਂ ਦੀ ਜਿਹੜੀਆਂ ਫਸਲਾਂ ਨੇ ਉਹ ਮੰਡੀ ਦੇ ਵਿੱਚ ਪਈਆਂ ਨੇ। ਹਾਲੇ ਤੱਕ ਜਿਹੜਾ ਉਹਨਾਂ ਦਾ ਅਨਾਜ ਮੰਡੀਆਂ ਦੇ ਵਿੱਚੋਂ ਨਹੀਂ ਚੁੱਕਿਆ ਗਿਆ, ਜਿੱਥੇ ਸ਼ਹਿਰੀਆਂ ਦੇ ਲਈ ਤਾਂ ਉਹਨਾਂ ਨੂੰ ਚਾਅ ਚੜਿਆ ਹੋਇਆ ਕਿ ਇੱਥੇ ਬਰਸਾਤ ਹੋ ਰਹੀ ਹੈ, ਜਿੱਥੇ ਪਕੌੜੇ ਬਣ ਰਹੇ ਹੋਣਗੇ ਉੱਥੇ ਜਿਹੜੇ ਕਿਸਾਨਾਂ ਦੇ ਚਿਹਰਿਆਂ 'ਤੇ ਜਿਹੜੀ ਹੈ ਮਾਯੂਸੀ ਜਿਹੜੀ ਛਾਈ ਹੋਈ ਹੈ। ਜੇਕਰ ਤੁਹਾਡੇ ਵੀ ਹਲਕੇ ਦੇ ਵਿੱਚ ਬਰਸਾਤ ਹੋ ਰਹੀ ਹੈ ਤਾਂ ਜ਼ਰੂਰ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਕਿੱਥੇ ਕਿੱਥੇ ਬਾਰਿਸ਼ ਪੈ ਰਹੀ ਹੈ ਅਤੇ ਕਿੱਥੇ ਦਾ ਜਿਹੜਾ ਨੁਕਸਾਨ ਹੋ ਰਿਹਾ। ਸਾਡੇ ਨਾਲ ਕੁਛ ਜਿਹੜੇ ਇੱਥੇ ਸ਼ਹਿਰੀ ਵੀ ਇਲਾਕੇ ਦੇ ਮੌਜੂਦ ਨੇ, ਦੱਸਣਗੇ ਕਿ ਕਿੱਦਾਂ ਦਾ ਮੌਸਮ ਤੁਹਾਨੂੰ ਕਿਵੇਂ ਦਾ ਲੱਗ ਰਿਹਾ। ਮੌਸਮ ਸ਼ਹਿਰੀਆਂ ਵਾਸਤੇ ਵਧੀਆ ਹੈ ਜੀ, ਪਿੰਡਾਂ ਵਾਲਿਆਂ ਵਾਸਤੇ ਬਹੁਤ ਮਾੜਾ ਹੈ। ਕੀ ਰੀਜ਼ਨ ਹੋ ਸਕਦਾ ਹੈ? ਰੀਜ਼ਨ ਕਿ ਕਣਕਾਂ ਅਜੇ ਮੰਡੀਆਂ 'ਚ ਪਈਆਂ ਨੇ, ਤੂੜੀ ਬਣਾਉਣ ਵਾਲੀ ਹੈ ਅਤੇ ਸਾਰੀ ਫਸਲ ਰੁਲੀ ਹੋਈ ਹੈ ਉਹਨਾਂ ਦੀ। ਥੋੜ੍ਹੇ ਦਿਨ ਪਹਿਲਾਂ ਹੀ ਜ਼ਿਆਦਾ ਮੀਂਹ ਨੇਰੀ ਆਉਣ ਕਰਕੇ ਜ਼ਿਆਦਾ ਖਰਾਬ ਹੋਇਆ ਮੌਸਮ। ਤੂੜੀ ਅਜੇ ਬਣ ਨਹੀਂ ਰਹੀ, ਕਈ ਜਗ੍ਹਾ ਅੱਗ ਲੱਗ ਰਹੀ ਹੈ ਨੇਰੀ ਨਾਲ। ਕੱਲ੍ਹ ਜਿਵੇਂ ਅੱਗ ਲੱਗ ਗਈ ਬਹੁਤ ਜਗ੍ਹਾ, ਕਾਫੀ ਕਣਕ ਸੜ ਗਈ ਲੋਕਾਂ ਦੀ। ਸ਼ਹਿਰੀਆਂ ਵਾਸਤੇ ਵਧੀਆ, ਕਿਸਾਨਾਂ ਵਾਸਤੇ ਇਹ ਮੌਸਮ ਵਧੀਆ ਨਹੀਂ ਹੈਗਾ। ਤੁਸੀਂ ਕੀ ਕਹਿਣਾ ਚਾਹੋਗੇ? ਜਿਵੇਂ ਕਈਆਂ ਵਾਸਤੇ ਤਾਂ ਇਹ ਖਾਣ ਪੀਣ ਵਾਲਾ ਮੌਸਮ ਆ, ਪਕੌੜੇ ਵਗੈਰਾ, ਪਰ ਜਿਨ੍ਹਾਂ ਦੀ ਕਣਕ ਮੰਡੀ 'ਚ ਪਈ ਆ ਉਹਨਾਂ ਵਾਸਤੇ ਤਾਂ ਮੀਂਹ ਮੁਸੀਬਤ ਆ। ਸੋ ਇਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜਿਹੜੀ ਬਰਸਾਤ ਹੈ ਮੁਸੀਬਤ ਬਣ ਸਕਦੀ ਹੈ ਕਿਸਾਨਾਂ ਦੇ ਲਈ, ਜਿੱਥੇ ਹੋਰਾਂ ਦੇ ਲਈ ਤਾਂ ਇਹਨਾਂ ਨੂੰ ਚਾਅ ਚੜਿਆ ਹੋਇਆ ਕਿ ਹਾਂ ਮੌਸਮ ਜਿਹੜਾ ਬੜਾ ਵਧੀਆ ਆ ਰਿਹਾ। ਸ਼ਹਿਰੀ ਲੋਕ ਜਿੱਦਾਂ ਹੀ ਅਸਮਾਨ 'ਤੇ ਬੱਦਲ ਦੇਖਦੇ ਨੇ ਤਾਂ ਇਹੀ ਸੋਚਦੇ ਨੇ ਕਿ ਕਿੰਨਾ ਸੋਹਣਾ ਮੌਸਮ ਹੋਇਆ, ਬਾਹਰ ਠੰਡੀ ਹਵਾ ਚੱਲ ਰਹੀ ਹੈ। ਪਰ ਜਦੋਂ ਹੀ ਅਸਮਾਨ 'ਤੇ ਕਾਲੇ ਬੱਦਲ ਛਾਏ ਜਾਂਦੇ ਨੇ ਤਾਂ ਕਿਸਾਨ ਇਹੀ ਅਰਦਾਸ ਕਰਦੇ ਨੇ ਕਿ ਰੱਬਾ ਮੀਂਹ ਨਾ ਪਾ ਦੇ, ਕਿਉਂਕਿ ਜਿਹੜੀ ਸਾਡੀ ਫਸਲ ਹੈ ਉਹ ਹਾਲੇ ਜਿਹੜੀ ਹੈ ਮੰਡੀਆਂ 'ਚ ਪਈ ਹੋਈ ਹੈ। ਸੋ ਕਈ ਥਾਵਾਂ 'ਤੇ ਮੰਡੀਆਂ ਦਾ ਵੀ ਹਾਲ ਜਿਹੜਾ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਜਿਹੜੀ ਫਸਲ ਹੈ ਉਹ ਖਰਾਬ ਹੋ ਜਾਂਦੀ ਹੈ। ਸੋ ਇਸ ਵੇਲੇ ਤੁਹਾਨੂੰ ਮੈਂ ਅਸਮਾਨ ਦੇ ਵੱਲ ਜਿਹੜਾ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਉਹ ਕੈਮਰਾ ਕਰਨ ਅਤੇ ਦਿਖਾ ਦੇਣ ਕਿ ਅਸਮਾਨ 'ਚ ਕਿੱਦਾਂ ਕਾਲੇ ਬੱਦਲ ਛਾਏ ਹੋਏ ਨੇ, ਲਗਾਤਾਰ ਜਿਹੜੀ ਬਰਸਾਤ ਹੈ ਉਹ ਹੋ ਰਹੀ ਹੈ। ਸੋ ਇਸ ਬਰਸਾਤ ਦੇ ਕਾਰਨ ਜਿਹੜਾ ਕਿਸਾਨਾਂ ਦੇ ਲਈ ਜਿਹੜੀ ਬਰਸਾਤ ਹੈ ਮੁਸੀਬਤ ਬਣ ਸਕਦੀ ਹੈ। ਆਪਣੇ ਆਪਣੇ ਹਲਕੇ ਦਾ ਜਿਹੜੇ ਲੋਕ ਨੇ ਉਹ ਵੀ ਵਿਚਾਰ ਸਾਂਝੇ ਕਰ ਰਹੇ ਨੇ, ਕੀ ਕਹਿਣਾ ਲੋਕਾਂ ਦਾ ਉਹ ਵੀ ਤੁਹਾਨੂੰ ਜ਼ਰੂਰ ਦੱਸਦੇ ਚੱਲਦੇ ਹਾਂ। ਸੋ ਬਹੁਤ ਥਾਵਾਂ 'ਤੇ ਜਿਹੜੀ ਬਰਸਾਤ ਹੋ ਰਹੀ ਹੈ ਇਹੀ ਕਹਿ ਰਹੇ ਨੇ ਕਿ ਸਾਡੇ ਵੀ ਜਿਹੜਾ ਕਣਕਾਂ ਨੇ ਉਹ ਮੰਡੀਆਂ 'ਚ ਪਈਆਂ ਹੋਈਆਂ ਨੇ। ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਜਿਹੜੀ ਬਰਸਾਤ ਅੱਜ ਨਾ ਹੋਵੇ। ਸੋ ਹਰ ਇੱਕ ਕਿਸਾਨ ਦੇ ਚਿਹਰੇ 'ਤੇ ਤਾਂ ਇਹੀ ਹੁੰਦਾ ਆ। ਅਤੇ ਇਸ ਦੇ ਨਾਲ ਗੱਲ ਕਰਾਂਗੇ ਆਪਾਂ ਨਗਰ ਨਿਗਮ ਦੀ ਵੀ, ਕਿਉਂਕਿ ਕਈ ਥਾਵਾਂ 'ਤੇ ਸੜਕਾਂ ਬੜੀਆਂ ਟੁੱਟੀਆਂ ਹੁੰਦੀਆਂ ਨੇ, ਤਾਂ ਜਦੋਂ ਹੀ ਬਰਸਾਤ ਪੈਂਦੀ ਹੈ ਤਾਂ ਜਿਹੜੇ ਪਾਣੀ ਹੈ ਉਹ ਗੋਡੇ ਗੋਡੇ ਖੜ੍ਹ ਜਾਂਦਾ, ਅਤੇ ਪਾਣੀ 'ਚ ਖੜ੍ਹਨ ਦੇ ਨਾਲ ਜਿਹੜੀ ਨਗਰ ਨਿਗਮ ਦੀ ਪੋਲ ਹੈ ਉਹ ਵੀ ਖੁੱਲ੍ਹਦੀ ਹੈਗੀ ਆ। ਥੋੜ੍ਹਾ ਜਿਹਾ ਮੈਂ ਬਰਸਾਤ ਥੋੜ੍ਹਾ ਉੱਨੀ ਪਾਸੇ, ਕਿਉਂਕਿ ਮੈਂ ਵੀ ਭੇਜ ਰਹੀ ਹੈਗੀ ਹਾਂ। ਸੋ ਮੀਂਹ ਬਹੁਤ ਜ਼ਿਆਦਾ ਹੈ, ਇੱਕ ਵਾਰੀ ਆਪਾਂ ਥੱਲੇ ਵਾਲੀਆਂ ਤਸਵੀਰਾਂ ਵਿੱਚ ਤੁਹਾਨੂੰ ਦਿਖਾਉਂਦੇ ਹਾਂ ਕਿ ਲਗਾਤਾਰ ਜਿਹੜੀ ਤੇਜ਼ ਬਰਸਾਤ ਹੈ ਇਹ ਲੁਧਿਆਣਾ 'ਚ ਹੋ ਰਹੀ ਹੈ। ਸੋ ਲੁਧਿਆਣੇ ਦੀਆਂ ਤਸਵੀਰਾਂ ਤੁਸੀਂ ਮੇਰੇ ਨਾਲ ਜਿਹੜੀਆਂ ਨੇ ਜੀ ਸਾਡੀ ਟੀ ਵੀ ਸਕਰੀਨ 'ਤੇ ਦੇਖ ਰਹੇ ਹੈਗੇ ਹਾਂ। ਸੋ ਆਪਣੇ ਆਪਣੇ ਹਲਕੇ ਦਾ ਹਾਲ ਜਿਹੜਾ ਹੈ ਤੁਸੀਂ ਵੀ ਜ਼ਰੂਰ ਦੱਸ ਸਕਦੇ ਹਾਂ ਕਿ ਕਿੱਥੇ ਕਿੱਥੇ ਜਿਹੜੀ ਬਰਸਾਤ ਪੈ ਰਹੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਕਿ ਬਰਸਾਤ ਹੋਣੀ ਚਾਹੀਦੀ ਹੈ ਜਾਂ ਨਹੀਂ, ਕਿਉਂਕਿ ਇਹ ਜਿਹੜੇ ਅਸਮਾਨ 'ਤੇ ਬੱਦਲ ਛਾਏ ਨੇ ਕਿਸਾਨਾਂ ਦੇ ਜਿਹੜੇ ਸਾਹ ਨੇ ਉਹ ਸੂਤੇ ਜਾਂਦੇ ਨੇ ਬੱਦਲਾਂ ਦੇ ਕਰਕੇ। ਸੋ ਇੱਕ ਵਾਰੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿੰਨਾ ਕਿਰਿਆਂ ਦੇ ਸਾਡੇ ਤਾਂ ਮੈਸੇਜ ਆ ਰਹੇ ਨੇ। ਸੋ ਫਰੀਦਕੋਟ ਦੇ ਵਿੱਚ ਵੀ ਕਹਿ ਰਹੇ ਨੇ ਕਿ ਬਹੁਤ ਜ਼ਿਆਦਾ ਜਿਹੜੀ ਬਰਸਾਤ ਹੋ ਰਹੀ ਹੈ। ਸੋ ਖੇਮਗੰਜ 'ਚ ਕਹਿੰਦੇ ਨੇ ਕਿ ਹਾਲੇ ਫੁੱਲ ਗਰਮੀ ਪੈ ਰਹੀ ਹੈ, ਬਠਿੰਡਾ ਦੇ ਵਿੱਚ ਬਹੁਤ ਸਾਰੀ ਜਿਹੜੀ ਹਨੇਰੀ ਹੈ ਉਹ ਚੱਲ ਰਹੀ ਹੈ। ਸੋ ਇਸ ਦੇ ਨਾਲ ਹੀ ਸਾਡੇ ਨਾਲ ਉਹ ਕਹਿੰਦੇ ਕਿ ਪਾਤੜਾਂ ਦੇ ਵਿੱਚ ਵੀ ਜਿਹੜੇ ਨੇ ਗੜੇ ਪੈ ਰਹੇ ਹੈਗੇ ਨੇ, ਬਰਗਾੜੀ ਦੇ ਵਿੱਚ ਵੀ ਜਿਹੜਾ ਮੀਂਹ ਪੈਣਾ ਸ਼ੁਰੂ ਹੋ ਗਿਆ, ਚੰਡੀਗੜ੍ਹ ਦੇ ਵਿੱਚ ਵੀ ਜਿਹੜੀ ਬਰਸਾਤ ਹੈ ਉਹ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਲਗਾਤਾਰ ਇੱਕ ਪਾਸੇ ਕਹਿ ਰਹੇ ਨੇ ਕਿ ਹਨੇਰੀ ਬਹੁਤ ਜ਼ਿਆਦਾ ਚੱਲ ਰਹੀ ਹੈ। ਜੇਕਰ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣੇ 'ਚ ਵੀ ਜਿਹੜੀ ਹਨੇਰੀ ਚੱਲੀ ਹੈ ਉਹ ਤੁਹਾਨੂੰ ਦਿਖਾ ਦਿੰਦੇ ਕਿ ਜਿਹੜੇ ਆਲੇ ਦੁਆਲੇ ਜਿੰਨੇ ਵੀ ਪੋਸਟਰ ਲੱਗੇ ਸਨ ਇਸ ਹਨੇਰੀ ਨੇ ਜਿਹੜੇ ਉਹ ਪੋਸਟਰ ਵੀ ਜਿਹੜੇ ਫਾੜ ਦਿੱਤੇ ਨੇ, ਕਿਉਂਕਿ ਇਹ ਜਿਹੜੀ ਬਹੁਤ ਜ਼ਿਆਦਾ ਤੇਜ਼ ਹਨੇਰੀ ਚੱਲੀ ਹੈ। ਟੋਰਾਂਟੋ ਤੋਂ ਸਾਡੇ ਨਾਲ ਕੁਛ ਵੀਵਰ ਜੁੜੇ ਹੋਏ ਨੇ, ਉਹਨਾਂ ਦਾ ਵੀ ਕਹਿਣਾ ਹੈ ਕਿ ਬਰਸਾਤ ਇੱਥੇ ਵੀ ਪੈ ਰਹੀ ਹੈ। ਸੋ ਬਿਲਾਸਪੁਰ ਦੇ ਵਿੱਚ ਵੀ ਜਿਹੜਾ ਹੈ ਮੀਂਹ ਪੈ ਰਿਹਾ। ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਸ਼ਹਿਰ ਦੀਆਂ, ਜਿੱਥੇ ਜਿਹੜੇ ਬਰਸਾਤ ਦਾ ਦੇ ਕਾਰਨ ਜਿਹੜਾ ਪੂਰੇ ਅਸਮਾਨ 'ਤੇ ਬੱਦਲ ਕਾਲੇ ਛਾਏ ਹੋਏ ਨੇ। ਲਗਾਤਾਰ ਸਾਡੇ ਨਾਲ ਵੀਵਰਸ ਵੀ ਜੁੜ ਰਹੇ ਨੇ, ਉਹਨਾਂ ਦਾ ਵੀ ਇਹੀ ਕਹਿਣਾ ਕਿੱਥੇ ਕਿੱਥੇ ਬਰਸਾਤ ਹੋ ਰਹੀ ਹੈ। ਮਾਨੁਕ ਦੇ ਵਿੱਚ ਵੀ ਜਿਹੜੀ ਹੈ ਮਨੂਕ ਦੇ ਵਿੱਚ ਵੀ ਹਨੇਰੀ ਚੱਲ ਰਹੀ ਹੈਗੀ ਆ। ਸੋ ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਵਿੱਚ ਵੀ ਜ਼ਿਆਦਾ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹੈਗਾ ਜੀ। ਗੋਨਿਆਣਾ ਮੰਡੀ ਵਿੱਚ ਵੀ ਬਰਸਾਤ ਹੋ ਰਹੀ ਹੈ, ਮੁਕਤਸਰ ਵਿੱਚ ਹਾਲੇ ਬੱਦਲ ਛਾਏ ਹੋਏ ਨੇ, ਬਰਨਾਲਾ 'ਚ ਵੀ ਬੱਦਲ ਨੇ। ਕਈ ਲੋਕ ਤਾਂ ਇਸ ਮੀਂਹ ਦਾ ਕੀ ਹੈ ਬਹੁਤ ਜ਼ਿਆਦਾ ਫਾਇਦਾ ਉਠਾ ਰਹੇ ਨੇ ਕਿ ਹਾਂ ਮੀਂਹ
ਆਉਣਾ ਚਾਹੀਦਾ ਪਰ ਕੁਛ ਲੋਕ ਨੇ ਇਸ ਨੂੰ ਕਹਿ ਰਹੇ ਕਿ ਨਾ ਹੀ ਪਵੇ। ਮੁਕਤਸਰ ਦੇ ਵਿੱਚ ਜਿਹੜਾ ਮੀਂਹ ਪੈ ਕੇ ਹਟ ਗਿਆ, ਹੁਸ਼ਿਆਰਪੁਰ ਦੇ ਵਿੱਚ ਹਾਲੇ ਸ਼ੁਰੂ ਹੋਇਆ, ਸਰਦੂਲਗੜ੍ਹ 'ਚ ਵੀ ਮੀਂਹ ਪੈ ਰਿਹਾ, ਰਾਮਪੁਰਾ ਫੂਲ ਦੇ ਵਿੱਚ ਵੀ ਮੀਂਹ ਪੈ ਰਿਹਾ, ਮੋਗਾ ਦੇ ਵਿੱਚ ਕਹਿੰਦੇ ਹਾਲੇ ਪੈਣਾ ਸ਼ੁਰੂ ਹੋ ਗਿਆ ਹੈ। ਸੋ ਇਸ ਦੇ ਨਾਲ ਗੱਲ ਕੀਤੀ ਜਾਵੇ ਦੋਹਰਾ ਵਿੱਚ ਵੀ ਕਹਿੰਦੇ ਮੀਂਹ ਪੈ ਰਿਹਾ ਹੈਗਾ। ਸੋ ਪਠਾਨਕੋਟ ਦੇ ਵਿੱਚ ਵੀ ਜਿਹੜਾ ਹੈ ਉਹ ਵੀ ਇੱਥੇ ਵੀ ਮੀਂਹ ਪੈਣਾ ਸ਼ੁਰੂ ਹੋ ਗਿਆ। ਜਗਰਾਉਂ ਦੇ ਵਿੱਚ ਕਹਿੰਦੇ ਕਿ ਮੌਸਮ ਬੜਾ ਔਸਮ ਹੈ। ਮੈਂ ਤੁਹਾਨੂੰ ਅੱਗੇ ਵੀ ਦੱਸ ਰਹੀ ਸੀ ਕਿ ਜਿੱਦਾਂ ਇਹ ਸਾਰੇ ਕਹਿ ਰਹੇ ਸੀ ਕਿ ਬਰਸਾਤ ਨੂੰ ਜਿੱਥੇ ਬੜੇ ਹੀ ਲੋਕ ਚਾਵਾਂ ਦੇ ਨਾਲ ਕਹਿੰਦੇ ਉਡੀਕ ਕਰਦੇ ਕਿ ਬਰਸਾਤ ਹੋਣੀ ਚਾਹੀਦੀ, ਪਰ ਬਰਸਾਤ ਦਾ ਵੀ ਇੱਕ ਮੌਸਮ ਹੁੰਦਾ ਜਦੋਂ ਬਰਸਾਤ ਚੰਗੀ ਲੱਗਦੀ ਹੈ, ਪਰ ਬੇਮੌਸਮੀ ਬਰਸਾਤ ਹੈ ਜਿਹੜੀ ਉਹ ਕਿਸਾਨਾਂ ਦੇ ਲਈ ਬਹੁਤ ਹੀ ਜਿਹੜੇ ਆ ਨੁਕਸਾਨਦੇਹ ਹੁੰਦੀ ਹੈ। ਉਹਨਾਂ ਦੇ ਨਾਲ ਜਿਹੜੀਆਂ ਫਸਲਾਂ ਖਰਾਬ ਹੋ ਜਾਂਦੀਆਂ ਨੇ। ਹੁਣ ਵੀ ਜਿੱਦਾਂ ਕਿ ਕਿਸਾਨਾਂ ਨੇ ਬਹੁਤ ਸਾਰੀਆਂ ਫਸਲਾਂ ਬੀਜੀਆਂ ਨੇ, ਆਲੂ ਦੀ ਫਸਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਜਿਹੜਾ ਮੀਂਹ ਹੈ ਆਲੂ ਦੀ ਫਸਲ ਲਈ ਵੀ ਬਹੁਤ ਹਾਨੀਕਾਰਕ ਹੈ, ਕਿਉਂਕਿ ਜਿਹੜੇ ਆਲੂ ਨੇ ਉਹ ਖਰਾਬ ਹੋ ਜਾਂਦੇ ਨੇ। ਮੀਂਹ ਬਹੁਤ ਤੇਜ਼ ਹੋ ਗਿਆ। ਸੋ ਮੈਂ ਵਾਰ ਵਾਰ ਤੁਹਾਨੂੰ ਦੱਸਣਾ ਚਾਹਾਂਗੀ ਕਿ ਲੁਧਿਆਣਾ ਵਿੱਚ ਇਸ ਵੇਲੇ ਬਹੁਤ ਤੇਜ਼ ਬਰਸਾਤ ਹੈ, ਹੋਰ ਵੀ ਜਿਹੜੇ ਪੰਜਾਬ ਦੇ ਕਈ ਹਲਕਿਆਂ ਦੇ ਵਿੱਚ ਜਿਹੜਾ ਮੀਂਹ ਪੈ ਰਿਹਾ। ਸਾਡੇ ਨਾਲ ਜਿਹੜੇ ਦਰਸ਼ਕ ਵੀ ਉਹ ਵੀ ਜੁੜੇ ਹੋਏ ਨੇ, ਲਗਾਤਾਰ ਸਾਨੂੰ ਅਪਡੇਟ ਦੇ ਰਹੇ ਨੇ ਕਿ ਕਿੱਥੇ ਕਿੱਥੇ ਜਿਹੜਾ ਮੀਂਹ ਹੈ ਉਹ ਪੈਂਦਾ ਪਿਆ ਹੈ। ਸੋ ਇੱਕ ਵਾਰ ਫਿਰ ਹੁਣ ਜਿਹੜਾ ਲੁਧਿਆਣਾ ਵਿੱਚ ਤਾਂ ਬਹੁਤ ਤੇਜ਼ ਬਰਸਾਤ ਹੋ ਗਈ। ਮੈਂ ਦੱਸਣਾ ਚਾਹਾਂਗੀ ਕਿਹੜੇ ਕਿਹੜੇ ਜਿਹੜੇ ਹਲਕੇ ਦੇ ਸਾਡੇ ਨਾਲ ਲੋਕ ਜਿਹੜੇ ਨੇ ਉਹ ਜੁੜੇ ਹੋਏ ਨੇ, ਦੱਸ ਰਹੇ ਨੇ ਆਪਣੇ ਆਪਣੇ ਹਲਕੇ ਦਾ ਹਾਲ। ਸੋ ਬਿਲਕੁਲ ਬੱਦਲ ਕਹਿੰਦੇ ਬਹੁਤ ਛਾਏ ਹੋਏ ਨੇ, ਗੜਸ਼ੰਕਰ ਦੇ ਵਿੱਚ ਵੀ ਜਿਹੜਾ ਮੀਂਹ ਪੈ ਰਿਹਾ। ਸੋ ਇਸ ਦੇ ਨਾਲ ਹੀ ਜਿਹੜੇ ਲੋਕ ਨੇ ਵੈਸੇ ਤਾਂ ਸ਼ੋਪਿੰਗ ਕਰਨ ਵੀ ਆ ਰਹੇ ਨੇ, ਉਹ ਵੀ ਦੱਸ ਰਹੇ ਨੇ ਕਿ ਅਸੀਂ ਬਹੁਤ ਖੁਸ਼ੀ ਦੇ ਨਾਲ ਸ਼ੋਪਿੰਗ ਕਰਨ ਜਾ ਰਹੇ। ਮੇਰੇ ਇਲਾਕੇ ਤੋਂ ਬਹੁਤ ਸਾਰੇ ਜਿਹੜੇ ਨੇ ਮਹਿਲਾਵਾਂ ਨੇ ਜੋ ਸ਼ੋਪਿੰਗ ਕਰਨ ਦੀਆਂ ਬੜੀਆਂ ਸ਼ੌਕੀਨ ਹੁੰਦੀਆਂ, ਭੱਜ ਕੇ ਗਈਆਂ ਕਿ ਅਸੀਂ ਤਾਂ ਸ਼ੋਪਿੰਗ ਕਰਨ ਆਏ ਹਾਂ ਸਪੈਸ਼ਲ। ਉਹਨਾਂ ਦਾ ਇਹ ਕਹਿਣਾ ਹੈ ਤਾਂ ਉਹ ਚਲੇ ਗਏ ਨੇ ਅੰਦਰ ਸ਼ੋਪਿੰਗ ਕਰਨ ਦੇ ਲਈ, ਪਰ ਇਹ ਜਿਹੜਾ ਮੌਸਮ ਦਾ ਜਿਹੜਾ ਹਾਲ ਬਣਿਆ ਹੋਇਆ ਤੁਹਾਨੂੰ ਦੱਸ ਰਹੇ ਹਾਂ। ਲੁਧਿਆਣਾ ਤੋਂ ਤੁਹਾਨੂੰ ਰਿਪੋਰਟ ਦੇ ਰਹੇ ਹੈਗੇ ਹਾਂ ਕਿ ਜਿੱਥੇ ਮੌਸਮ ਜਿਹੜਾ ਆ ਹਾਲੇ ਮੌਸਮ ਦੇ ਵਿੱਚ ਖਰਾਬੀ ਚੱਲ ਰਹੀ ਹੈ, ਬਰਸਾਤ ਲਗਾਤਾਰ ਤੇਜ਼ ਹੈ, ਪਰ ਕਿਸਾਨਾਂ ਦੇ ਲਈ ਇਹ ਬਹੁਤ ਹੀ ਹਾਨੀਕਾਰਕ ਹੈ। ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਮੰਡੀਆਂ ਵਿੱਚ ਪਈਆਂ ਨੇ, ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਜਿਹੜੀ ਆ ਫਸਲ ਹੈ ਉਹ ਖੁੱਲ੍ਹੇ ਅਸਮਾਨ ਦੇ ਹੇਠਾਂ ਪਈ ਰਹਿੰਦੀ ਹੈ, ਜਿੱਥੇ ਉਹਨਾਂ ਦੀ ਜਿਹੜੀ ਫਸਲ ਹੈ ਉਹ ਬਾਰਿਸ਼ ਕਰਕੇ ਭਿੱਜ ਜਾਂਦੀ ਹੈ, ਤਾਂ ਕਿ ਕਿਸਾਨਾਂ ਦਾ ਬਾਅਦ ਵਿੱਚ ਕੀ ਹੈ ਪੂਰਾ ਮੁੱਲ ਵੀ ਨਹੀਂ ਮਿਲਦਾ। ਹਾਲਾਂਕਿ ਇਹ ਇੱਥੇ ਇਹ ਹੋਣਾ ਚਾਹੀਦਾ ਕਿ ਅਨਾਜ ਜਦੋਂ ਵੀ ਮੰਡੀ ਵਿੱਚ ਆਵੇ ਤਾਂ ਫਟਾਫਟ ਜਿਹੜਾ ਅਨਾਜ ਹੈ ਉਹ ਵਿਕ ਜਾਣਾ ਚਾਹੀਦਾ, ਪਰ ਇਸ ਤਰ੍ਹਾਂ ਜੇ ਕਈ ਥਾਵਾਂ 'ਤੇ ਜਿਹੜੀ ਪਰਚੇਜ਼ ਨਹੀਂ ਹੁੰਦੀ ਕਣਕ ਦੀ ਉਹ ਉੱਥੇ ਪਈ ਰਹਿੰਦੀ ਹੈ, ਅਤੇ ਜਿਸ ਕਰਕੇ ਜਦੋਂ ਬੇਮੌਸਮੀ ਜਦੋਂ ਬਰਸਾਤ ਹੁੰਦੀ ਹੈ ਤਾਂ ਉਹ ਫਸਲ ਨੂੰ ਖਰਾਬ ਕਰ ਦਿੰਦੀ ਹੈ। ਸੋ ਇੱਕ ਵਾਰ ਅਸੀਂ ਤਸਵੀਰਾਂ ਦਿਖਾ ਦਿੰਦੇ ਹਾਂ ਤੁਹਾਨੂੰ, ਅਤੇ ਇਹ ਜਿਹੜੀਆਂ ਨੇ ਲੁਧਿਆਣਾ ਦੇ ਵਿੱਚ ਬਰਸਾਤ ਦੀਆਂ ਤਸਵੀਰਾਂ ਨੇ। ਸੋ ਇਸ ਦੇ ਨਾਲ ਹੀ ਹੁਣ ਅਸੀਂ ਹੋਰ ਵੀ ਤੁਹਾਨੂੰ ਅਪਡੇਟ ਹੈ ਉਹ ਜ਼ਰੂਰ ਦਿੰਦੇ ਰਹਾਂਗੇ ਇਸ ਇੰਨੀ ਕੁ ਅਪਡੇਟ ਵਿੱਚ। ਜੇਕਰ ਹੋਰ ਵੀ ਤੁਹਾਡੇ ਲਈ ਕੋਈ ਵੀ ਡੇਲੀ ਪੋਸਟ 'ਤੇ ਹੋਰ ਵੱਡੀ ਖਬਰ ਆਉਂਦੀ ਹੈ ਤੁਹਾਨੂੰ ਜ਼ਰੂਰ ਸਾਂਝਾ ਕਰਾਂਗੇ। ਦੇਖਦੇ ਰਹੋ ਡੇਲੀ ਪੋਸਟ ਪੰਜਾਬੀ।